सब्सक्राइब करो साडा यूट्यूब चैनल पंजाबी मेनिया ते अपने फोन ते नवीं वीडियोस देखने दे लई हिट करो बेल आइकन। सत श्री अकाल जी, पंजाबी मेनिया ते तुहाडा सारयां दा स्वागत है। उम्मीद करदे हां कि सारे जाने अपने अपने घर रह रहे हो ते सही सलामत हो। लॉकडाउन दे विच वैसे तां कुछ खास काम कार नहीं हो रहे ने, लेकिन साडी म्यूजिक इंडस्ट्री वाले आर्टिस्ट खूब एंटरटेन कर रहे ने सानू। हुण तक लॉकडाउन दे विच ऑलमोस्ट सारे सिंगर्स दे गाने रिलीज़ हो चुके ने ते लोक उन्हां सब गाणियां नू खूब इंजॉय भी कर रहे ने। अज जो न्यूज़ असीं तुहाडे नाल सांझी करन जा रहे हाँ, उह सुन के तुसीं सारे जाने खूब एक्साइटेड हो जाओगे। बब्बू मान नाम सुन के ही एक अलग जिही एक्साइटमेंट आ जाती है ना दिल दे विच। हाल ही दे विच बब्बू मान की नवी लुक सोशल मीडिया ते चारे पासे ट्रेंड कर रही है। कई लोगों ने बब्बू मान नाल अपनी अपनी तस्वीर खिंचवाइयां ते सोशल मीडिया ते पाइया ते बब्बू मान की नवी लुक रातों रात सोशल मीडिया ते ट्रेंड करन लग पई। कुछ टाइम पहला जदों रणजीत बावा दा सोंग मेरा की कसूर आया सी, उस गाने नू लैके काफ़ी कॉन्ट्रोवर्सीज भी आ गई सी ते बब्बू मान ने उस नाजुक वेले च रणजीत बावे की सपोर्ट भी की सी। हुण रीसेंटली रणजीत बावा ने भी सोशल मीडिया ते बब्बू मान की नवी लुक विच ਉਹਨਾਂ ਨਾਲ ਫੋਟੋ ਖਿਚਵਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਫੈਨਸ ਅੰਦਾਜ਼ਾ ਇਹ ਲਗਾ ਰਹੇ ਨੇ ਕਿ ਸ਼ਾਇਦ ਹੋ ਸਕਦਾ ਹੈ ਕਿ ਬੱਬੂ ਮਾਨ ਅਤੇ ਰਣਜੀਤ ਬਾਵਾ ਕਿਸੇ ਗਾਣੇ ਲਈ ਇਕੱਠੇ ਹੋ ਕੇ ਕੋਲੈਬਰੇਟ ਕਰ ਰਹੇ ਨੇ। ਅੱਜ ਕੱਲ੍ਹ ਤਾਂ ਵੈਸੇ ਪਿਛਲੇ ਦਿਨੋਂ ਨਿਊਜ਼ ਆਈ ਸੀ ਕਿ ਗਿੱਪੀ ਗਰੇਵਾਲ ਅਤੇ ਕਰਨ ਔਜਲਾ ਵੀ ਇਕੱਠੇ ਕੋਲੈਬਰੇਟ ਕਰ ਰਹੇ ਨੇ। ਰੀਸੈਂਟਲੀ ਸਿੱਧੂ ਮੂਸੇਵਾਲਾ ਅਤੇ ਅੰਮ੍ਰਿਤ ਮਾਨ ਨੇ ਵੀ ਇਕੱਠੇ ਰਿਲੀਜ਼ ਹੋਇਆ ਗਾਣਾ ਬੰਬੀ ਹਾ ਬੋਲੇ ਵੀ ਬਲੋਕਬਾਸਟਰ ਹਿੱਟ ਹੋ ਗਿਆ ਹੈ। ਐਮੀ ਵਿਰਕ ਨੇ ਵੀ ਰੀਸੈਂਟਲੀ ਮਨਿੰਦਰ ਬੁੱਟਰ ਦਾ ਲਿਖਿਆ ਹੋਇਆ ਗੀਤ ਤੋੜ ਦਿਆ ਦਿਲ ਗਾਇਆ ਸੀ ਅਤੇ ਹੋਰ ਵੀ ਕਈ ਸਾਰੇ ਵੱਡੇ ਵੱਡੇ ਆਰਟਿਸਟ ਇੱਕ ਦੂਜੇ ਨਾਲ ਕੋਲੈਬਰੇਟ ਕਰ ਰਹੇ ਨੇ। ਜੇ ਰਣਜੀਤ ਬਾਵਾ ਅਤੇ ਬੱਬੂ ਮਾਨ ਦੇ ਇਕੱਠਿਆਂ ਗਾਣੇ ਆ ਜਾਂਦੇ ਹੈ ਤਾਂ ਇਹ ਦੋਨਾਂ ਦੀ ਆਪਸ ਵਿੱਚ ਪਹਿਲੀ ਕੋਲੈਬਰੇਸ਼ਨ ਹੋਏਗੀ। ਇਨਫੈਕਟ ਸਾਡੀ ਰੀਸੈਂਟ ਮੈਮਰੀ ਦੇ ਵਿੱਚ ਇਹਨਾਂ ਦੋਨੋਂ ਸਿੰਗਰਸ ਦਾ ਕੋਈ ਵੀ ਗੀਤ ਨਹੀਂ ਯਾਦ ਹੈ ਜਿੱਥੇ ਇਹਨਾਂ ਨੇ ਕਿਸੇ ਹੋਰ ਮੇਲ ਸਿੰਗਰ ਦੇ ਨਾਲ ਕੋਲੈਬਰੇਟ ਕੀਤਾ ਹੋਵੇ। ਜੇ ਇਹ ਨਿਊਜ਼ ਅਫੀਸ਼ੀਅਲ ਹੋ ਜਾਂਦੀ ਹੈ ਤਾਂ ਤੁਹਾਨੂੰ ਗਾਣੇ ਦਾ ਟਾਈਟਲ, ਰਿਲੀਜ਼ ਡੇਟ ਅਤੇ ਹੋਰ ਸਾਰੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਇੱਥੇ ਹੀ ਪੰਜਾਬੀ ਮੀਡੀਆ 'ਤੇ ਮਿਲੇਗੀ। ਅਸੀਂ ਤਾਂ ਇਹਨਾਂ ਦੋਨਾਂ ਦੀ ਇਕੱਠਿਆਂ ਫੋਟੋ ਦੇਖ ਕੇ ਐਕਸਾਈਟਿਡ ਹੋ ਗਏ ਹਾਂ ਅਤੇ ਜੇ ਤੁਸੀਂ ਵੀ ਐਕਸਾਈਟਿਡ ਹੋ ਤਾਂ ਸਾਨੂੰ ਸਾਡੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਇਹ ਵੀ ਜ਼ਰੂਰ ਦੱਸਿਓ ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com। ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।